बीते दिन अमृतसर के आकाश एवन्यू इलाके हुई वड्डी लुट्ट दे मामले दे विच पुलिस नू कामयाबी मिली है। तो इस मामले दे विच एक सरकारी टीचर सने चार लोगों को गिरफ्तार किया गया है। तो सरकारी टीचर बच्चों को स्कूल दे विच जरूर ए बी सी डी पढ़ाता है, लेकिन क्राइम का पाठ पढ़ाता भी नज़र आ रहा है। तो इस विच पुलिस नू वड्डी कामयाबी मिली और एक बहुत ही हाई प्रोफाइल मामला सी, क्योंकि एक व्यापारी के घर दे विच लुट हुई सी ते चार लोगों को काबू किया गया। सब तो पहला सर, सरकारी टीचर का की रोल रहा, क्योंकि अलग की गल आती कि लुट का मसला हो सरकारी टीचर गिरफ़्तार किया। ਇਹ ਜਿਹੜਾ ਸਾਡੇ ਐਫ ਆਈ ਆਰ ਨੰਬਰ 4 ਸੀਗੀ, ਅਸੀਂ ਜਿਹੜੇ 397 ਤੇ 458 ਦੇ ਵਿੱਚ ਤਹਿਤ ਜਿਹੜੀ ਸੀ ਆਈ ਪੀ ਸੀ ਸਦਰ ਥਾਣੇ ਦੇ ਦਰਜ ਕੀਤੀ ਸੀਗੀ। ਇਹ ਵੱਲੋਂ ਪੰਕਜ ਅਗਰਵਾਲ ਸੀਗੇ, ਇਹਦੇ ਵਿੱਚ ਜਗਜੀਤ ਸਿੰਘ, ਪ੍ਰਭਜੋਤ, ਅਮਨਪ੍ਰੀਤ ਅਤੇ ਸੁਖਨੂਰ ਜਿਹੜਾ ਸੀਗਾ, ਜਿਹੜੇ ਚਾਰ ਦੋਸ਼ੀ ਗ੍ਰਿਫਤਾਰ ਕੀਤੇ ਗਏ ਨੇ। ਅਮਨਪ੍ਰੀਤ ਜਿਹੜਾ ਇਹ ਸਰਕਾਰੀ ਟੀਚਰ ਹੈਗਾ, ਅਤੇ ਇਹਨਾਂ ਦੇ ਵਿੱਚੋਂ ਜਿਹੜਾ ਸਰਕਾਰੀ ਟੀਚਰ ਹੋਣ ਦੇ ਨਾਲ ਇਹ ਜਿਹੜੇ ਇਹਨਾਂ ਦੇ ਇੱਕ ਮੁਦਈ ਹੈਗੇ ਨੇ ਸਾਡੇ, ਇਹਨਾਂ ਦੇ ਘਰ ਦੇ ਨਾਲ ਰਹਿੰਦਾ ਸੀਗਾ। ਸੋ ਇਹਨਾਂ ਨੂੰ ਪਤਾ ਸੀਗਾ ਕਿ ਇਹਨਾਂ ਦੇ ਫਰਨੀਚਰ ਦੀ ਹੈਗੀ ਆ ਸ਼ੌਪ ਹੈਗੀ ਆ, ਔਰ ਇੱਥੇ ਕਾਫੀ ਇਹਨਾਂ ਦਾ ਜਿਹੜਾ ਸ਼ਾਮ ਤੱਕ ਜਿਹੜੀ ਆ ਮਨੀ ਇਹਨਾਂ ਕੋਲ ਇਕੱਠੀ ਹੋ ਜਾਂਦੀ ਹੈ। ਸੋ ਉਸ ਨੂੰ ਲੁੱਟਣ ਦੇ ਲਈ ਨਜ਼ਰੀਏ ਦੇ ਨਾਲ ਇਹਨਾਂ ਨੇ ਜਿਹੜਾ ਇਹ ਕੀਤਾ ਸੀਗਾ। ਤੇ ਸਰ ਇਹਨੇ ਬਾਕੀ ਤਿੰਨ ਬੰਦੇ ਕਿਵੇਂ ਹਾਇਰ ਕੀਤੇ? ਬਾਕੀ ਤਿੰਨ ਬੰਦੇ ਜਿਹੜੇ ਸੀਗੇ ਇਹਨਾਂ ਦੇ ਨੋਨ ਸੀਗੇ, ਉਹ ਤਿੰਨੇ ਜਿਹੜੇ ਹੈਗੇ ਆ ਵਿਹਲੇ ਸੀਗੇ, ਖੇਤੀਬਾੜੀ ਦਾ ਕੰਮ ਕਰਦੇ ਸੀਗੇ। ਹੁਣ ਉਹਨਾਂ ਨੇ ਕਿਹਾ ਵੀ ਜੇ ਆਪਾਂ ਲੁੱਟ ਕਰਦੇ ਹਾਂ ਤਾਂ 7-8 ਲੱਖ ਰੁਪਈਆ ਜਿਹੜਾ ਉੱਥੋਂ ਮਿਲਣ ਦੀ ਆਸ ਹੈਗੀ ਆ। ਸੋ ਇਹਨਾਂ ਨੇ ਉਹ 7-8 ਲੱਖ ਰੁਪਈਏ ਨੂੰ ਉਠਾਉਣ ਦੇ ਲਈ ਆ ਪਿਸਟਲ ਲੈ ਕੇ ਅਤੇ ਇਹਨਾਂ ਦੇ ਘਰ ਜਿਹੜੀ ਹੈਗੀ ਆ ਵਾਪਸ ਕੀਤੀ। ਕਿੰਨੇ ਪੈਸੇ ਮਿਲੇ ਘਰ ਦੇ? ਉੱਥੋਂ ਇਹਨਾਂ ਦਾ 1.5 ਲੱਖ ਰੁਪਈਆ ਜਿਹੜਾ ਸੀਗਾ ਇਹਨਾਂ ਨੂੰ ਖੋਹ ਕੀਤਾ ਸੀਗਾ, ਉਹਦੇ ਵਿੱਚੋਂ ਜਿਹੜਾ ਹੈਗਾ ਅਸੀਂ 20,000 ਰੁਪਈਆ ਜਿਹੜਾ ਕੈਸ਼ ਬਰਾਮਦ ਕਰ ਲਿਆ, ਔਰ 20 ਇਹਨਾਂ ਦੇ ਅਕਾਊਂਟ 'ਚ ਕਰਾਇਆ ਸੀਗਾ ਉਹ ਫਰੀਜ਼ ਕਰਵਾ ਦਿੱਤਾ। ਫਾਇਰ ਵੀ ਕੀਤਾ? ਇਹਨਾਂ ਨੇ ਇੱਕ ਆਪਣੇ ਜਿਹੜਾ ਹੈਗਾ ਪਿਸਟਲ ਦੇ ਨਾਲ ਫਾਇਰ ਕੀਤੇ ਅਤੇ 2 ਰੌਂਦ ਉੱਥੋਂ ਖੋਲ ਮਿਲੇ ਸੀਗੇ ਔਰ ਇੱਕ ਜ਼ਿੰਦਾ ਕਾਰਤੂਸ ਜਿਹੜਾ ਹੁਣ ਅਸੀਂ ਬਰਾਮਦ ਕਰ ਰਹੇ ਹਾਂ। ਇਸ ਤੋਂ ਇਲਾਵਾ ਵਾਰਦਾਤ ਵਿੱਚ ਵਜਿਆ ਮੋਟਰਸਾਈਕਲ ਅਤੇ ਉਸ ਤੋਂ ਬਾਅਦ 'ਚ ਭੱਜਣ ਲਈ ਜਿਹੜੀ ਇਹਨਾਂ ਨੇ ਕਾਰ ਹੋਂਡਾ ਸਿਟੀ ਸੀਗੀ ਉਹ ਵੀ ਰਿਕਵਰ ਕਰ ਲਈ। ਅਤੇ ਸਰ ਇਹ ਰਹਿਣ ਵਾਲੇ ਕਿੱਥੋਂ ਦੇ ਨੇ? ਇਹ ਜਿਹੜੇ ਦੋ ਬੰਦੇ ਜਿਹੜੇ ਹੈਗੇ ਨੇ, ਜੈ ਭਗਵਾਨ ਜੱਗੂ ਜਿਹੜਾ ਹੈਗਾ ਭਗਵਾਨਪੁਰੀ ਆ ਉਹਦੇ ਪਿੰਡ ਦੇ ਹੈਗੇ ਨੇ, ਔਰ ਜਿਹੜੇ ਬਾਕੀ ਜਿਹੜੇ ਹੈਗੇ ਨੇ ਉਹ ਲਾਸ਼ ਨੂੰ। ਅਤੇ ਇਹਨਾਂ ਨੇ ਸਰ ਇਹ ਜੱਗੂ ਭਗਵਾਨਪੁਰੀ ਦਾ ਵੀ ਨਾਮ ਇਸਤੇਮਾਲ ਕੀਤਾ ਸੀ? ਨਹੀਂ, ਉਹਨਾਂ ਦਾ ਨਾਮ ਨਹੀਂ ਹੈਗਾ, ਉਹਨਾਂ ਦਾ ਪਿੰਡ ਦੇ ਰਹਿਣ ਵਾਲੇ ਹੈਗੇ ਨੇ, ਇੰਨਾ ਤਸਦੀਕ ਹੋਇਆ। ਅਤੇ ਇੱਕ ਫਰੌਤੀ ਵੀ ਮੰਗੀ ਇਹਨਾਂ ਨੇ ਕੁਝ ਇਸ ਤਰ੍ਹਾਂ ਦੀ ਕਿ ਫਰੌਤੀ ਵੀ ਚਾਹੀਦੀ ਸਾਨੂੰ, ਕੋਈ ਇੱਦਾਂ ਦੀ ਗੱਲ? ਨਹੀਂ, ਫਰੌਤੀ ਨਹੀਂ, ਇਹਨਾਂ ਨੇ ਬੇਸਿਕਲੀ ਰੌਬਰੀ ਕੀਤੀ ਸੀਗੀ ਉਹਨਾਂ ਦੇ ਘਰ ਆ ਕੇ ਪਿਸਟਲ ਦੀ ਨੋਕ 'ਤੇ ਉਹਨਾਂ ਤੋਂ ਪੈਸੇ ਖੋਹਣ ਦੀ ਕੋਸ਼ਿਸ਼। ਪਰ ਸਰਕਾਰੀ ਟੀਚਰ ਗੁਆਂਢੀ ਮਾੜਾ ਨਿਕਲਿਆ ਸਰ? ਦੇਖੋ, ਜੇ ਕੋਈ ਗੁਆਂਢ ਕਿਸੇ ਦਾ ਜਾ ਕੇ ਭੇਜ ਦਿੰਦਾ ਉਹਦੇ ਮਨ ਦੇ ਵਿੱਚ ਕੀ ਹੁੰਦਾ, ਬਾਅਦ ਦੀ ਉਹਦੀ ਕੀ ਮਨਸ਼ਾ ਬਣਦੀ ਹੈ, ਇਹ ਤਾਂ ਜਿਹੜੀ ਹੈਗੀ ਆ ਨਹੀਂ ਕੁਛ ਕਹਿ ਸਕਦੇ ਆਪਾਂ। ਬਟ ਹਾਂ, ਉਹਨਾਂ ਦਾ ਗੁਆਂਢੀ ਸੀਗਾ, ਉਹਨੂੰ ਇਹਨਾਂ ਦਾ ਭੇਤ ਸੀਗਾ, ਇਸ ਕਰਕੇ ਉਹਨਾਂ ਨੇ ਅੱਗੇ ਇਨਫੋਰਮੇਸ਼ਨ ਸ਼ੇਅਰ ਕਰਕੇ ਉਹਨਾਂ ਨੇ ਪਲੈਨਿੰਗ ਜਿਹੜੀ ਸਾਰਾ ਮਾਸਟਰ ਮਾਈਂਡ ਉਹੀ ਸੀਗੇ ਜੀ। ਸਰ ਇਹ ਕਾਫੀ ਫੌਗੀ ਵੈਦਰ ਸੀਗਾ ਕਿ ਉਸ ਵੇਲੇ ਪੁਲਿਸ ਨੂੰ ਇਨਵੈਸਟੀਗੇਸ਼ਨ ਕਰਨ 'ਚ ਵੀ ਗੱਲ ਸਾਹਮਣੇ ਆ ਰਹੀ ਸੀ ਕਿ ਪਤਾ ਨਹੀਂ ਸੀ ਲੱਗ ਰਿਹਾ, ਕਿਉਂਕਿ ਸੀਸੀਟੀਵੀ ਵੀ ਵਰਕ ਨਹੀਂ ਸੀ ਕਰ ਰਹੇ। ਬਿਲਕੁਲ, ਇਹ ਕਾਫੀ ਜਿਹੜਾ ਸੀਗਾ ਚੈਲੇਂਜਿੰਗ ਸੀਗਾ, ਕਿਉਂਕਿ ਉਸ ਨਾਈਟ ਜਿਹੜਾ ਤੁਸੀਂ ਹੁਣ ਵੇਖ ਰਹੇ ਹੋ ਮੌਸਮ ਦੇ ਕਾਫੀ ਨਜ਼ਾਕਤ ਦੇ ਮੁਤਾਬਕ ਕਾਫੀ ਫੌਗ ਪੈ ਰਹੀ ਹੈ, ਔਰ ਇਹਦੇ ਵਿੱਚ ਜਿਹੜਾ ਹੈਗਾ ਕਾਫੀ ਡਿਟੈਕਸ਼ਨ ਦੇ ਵਿੱਚ ਜਿਹੜੀ ਹੈਗੀ ਆ ਆਈਡੈਂਟੀਫਿਕੇਸ਼ਨ ਕਰਨ ਦੇ ਵਿੱਚ ਜਿਹੜੀ ਹੈਗੀ ਆ ਇਨਵੈਸਟੀਗੇਸ਼ਨ ਕਰਨ 'ਚ ਪ੍ਰੋਬਲਮ ਆਉਂਦੀ ਹੈ ਜੀ। ਸਰ ਇਹਨਾਂ ਕੋਲੋਂ ਕੋਈ ਹੋਰ ਵੀ ਪਰਚੇ ਨੇ ਇਹਨਾਂ ਦੇ ਉੱਤੇ? ਨਹੀਂ, ਹਜੇ ਫਿਲਹਾਲ ਨਹੀਂ ਹੈਗੇ, ਬਾਕੀ ਪੁੱਛਗਿੱਛ ਕਰਕੇ ਦੱਸਾਂਗੇ। ਗੱਡੀ ਆਪਣੀ ਸੀ ਸਰ? ਹੋਂਡਾ ਸਿਟੀ ਇਹਨਾਂ ਦੀ? ਹੋਂਡਾ ਸਿਟੀ ਇਹਨਾਂ ਦੀ ਆਪਣੀ ਸੀਗੀ ਜੀ। ਤੇ ਹੋਰ ਕੋਈ ਵਾਰਦਾਤ ਜਾਂ ਇਨਵੋਲਵਮੈਂਟ ਇਹਨਾਂ ਦੀ? ਹਜੇ ਤੱਕ ਤੇ ਨਹੀਂ ਆਈ, ਬਟ ਬਾਕੀ ਬਰੀਕੀ ਨਾਲ ਪੁੱਛਗਿੱਛ ਕਰਾਂਗੇ, ਜੇ ਹੋਏਗੀ ਤੁਹਾਡੇ ਨਾਲ ਜ਼ਰੂਰ ਸ਼ੇਅਰ ਕਰਾਂਗੇ। ਫੈਮਿਲੀ ਕਾਫੀ ਟੈਂਸ ਨਜ਼ਰ ਆ ਰਹੀ ਸੀ, ਕਿਉਂਕਿ ਉਸ ਤੋਂ ਬਾਅਦ ਘਟਨਾ ਤੋਂ ਬਾਅਦ ਕਾਫੀ ਉਹ ਡਿਪਰੈਸ਼ਨ ਸੀ, ਤੇ ਉਹਦੇ ਵਿੱਚ ਉਹਨਾਂ ਨੂੰ ਆ ਵੀ ਕਾਫੀ ਰੋਲ ਪਲੇ ਕੀਤਾ ਉਹਨਾਂ ਨੇ? ਬਿਲਕੁਲ, ਕਾਫੀ ਜਿਹੜੇ ਨਾਲ ਇੱਦਾਂ ਇੰਸੀਡੈਂਟਸ ਹੁੰਦਾ ਉਹ ਨੈਚੁਰਲੀ ਉਹਨਾਂ ਦੇ ਘਰ ਗੋਲੀ ਚੱਲਦੀ ਹੈ ਜਾਂ ਕੋਈ ਗਨ ਪੁਆਇੰਟ ਰੋਬਰੀ ਹੁੰਦੀ ਹੈ ਤਾਂ ਟੈਂਸ਼ਨ ਤਾਂ ਹੁੰਦੀ ਹੈ ਬੰਦੇ ਨੂੰ ਜ਼ਰੂਰ। ਤੇ ਹੋਰ ਇਹਨਾਂ 'ਚ ਕੋਈ ਬੰਦਾ ਹੋਰ ਕੋਈ? ਨਹੀਂ, ਹਜੇ ਚਾਰੇ ਸੀਗੇ, ਚਾਰੇ ਅਸੀਂ ਫੜ ਲਏ ਨੇ। ਰਿਕਵਰੀ ਵੀ ਹੋ ਚੁੱਕੀ? ਜੀ ਜੀ ਜੀ। ਤੇ ਗੱਡੀ ਸਰ ਆਪਣੀ ਇਹਨਾਂ ਦੀ ਹੋਂਡਾ ਸਿਟੀ ਜਿਹੜੀ ਯੂਜ਼ ਹੋਈ ਹੈ? ਹੋਂਡਾ ਸਿਟੀ ਇਹਨਾਂ ਦੀ ਆਪਣੀ ਹੈਗੀ ਹੈ ਜੀ। ਨੌਜਵਾਨ ਜੇ ਤੇ ਭੱਜੇ ਆ ਮੁੜ ਕੇ ਵਾਰਦਾਤ ਕਰਨ ਤੋਂ ਬਾਅਦ 'ਚ ਜਿਹੜੇ ਆ ਉਹ ਤੋਂ ਬਚ ਕੇ। ਹੋਂਡਾ ਸਿਟੀ ਆਪਣੀ ਤੇ ਚੰਗੇ ਘਰਾਂ ਦੇ ਲੋਕ ਹੀ ਹੋਣਗੇ ਮੁੰਡੇ ਇਸ ਤਰ੍ਹਾਂ ਦੇ? ਚੰਗੇ ਘਰਾਂ ਦੇ ਆ, ਬਟ ਕੰਮ ਤਾਂ ਮਾੜਾ ਕੀਤਾ ਨਹੀਂ ਇਨਵੈਸਟੀਗੇਸ਼ਨ ਜਿਹੜੀ ਕੀਤੀ। ਉਸ ਇਨਵੈਸਟੀਗੇਸ਼ਨ 'ਚ ਗੱਲ ਸਾਹਮਣੇ ਆਈ ਤੇ ਜਿਹੜੇ ਦੋਸ਼ੀ ਕਾਬੂ ਕੀਤੇ ਗਏ ਨੇ ਇਹਦੇ ਵਿੱਚ ਦੋ ਦੋਸ਼ੀ ਜਿਹੜੇ ਨੇ ਜੱਗੂ ਭਗਵਾਨਪੁਰੀਆ ਦੇ ਪਿੰਡ ਦੇ ਨੌਜਵਾਨ ਨੇ, ਤੇ ਜੱਗੂ ਭਗਵਾਨਪੁਰੀਆ ਜੋ ਕਿ ਇੱਕ ਨਾਮੀ ਗੈਂਗਸਟਰ ਹੈ ਤੇ ਉਸ ਦੇ ਪਿੰਡ ਦੇ ਨੌਜਵਾਨਾਂ ਨੂੰ ਜਿਹੜਾ ਹੈ ਕਾਬੂ ਕੀਤਾ ਗਿਆ ਹੈ। ਦੱਸਿਆ ਗਿਆ ਹੈ ਕਿ ਇੱਕ ਸਰਕਾਰੀ ਟੀਚਰ ਜਿਹੜਾ ਸਕੂਲ ਦੇ ਵਿੱਚ ਚਾਹੇ ਏ ਬੀ ਸੀ ਡੀ ਦਾ ਪਾਠ ਪੜ੍ਹਾਉਂਦਾ ਹੈ, ਸਕੂਲ ਦੇ ਵਿੱਚ ਬੱਚਿਆਂ ਨੂੰ ਐਜੂਕੇਟ ਕਰਦਾ ਹੈ, ਲੇਕਿਨ ਉਸ ਨੇ ਆਪਣੇ ਗੁਆਂਢੀ ਨੂੰ ਹੀ ਲੁੱਟਣ ਦਾ ਪਲਾਨ ਬਣਾਇਆ ਤਾਂ ਜਿਸ ਕਰਕੇ ਉਸਨੇ ਸੋਚਿਆ ਕਿ ਕਿਵੇਂ ਇਹਨੂੰ ਲੁੱਟਿਆ ਜਾ ਸਕਦਾ, ਕਿਉਂਕਿ ਇਹਦੇ ਕੋਲ ਕਾਫੀ ਪੈਸਾ ਹੁੰਦਾ ਹੈ। ਇਸ ਕਰਕੇ ਉਸਨੇ ਤਿੰਨ
जिहड़े नौजवानों ट्रेन किया तो उन्होंने ट्रेनिंग दी, उन्होंने पाठ पढ़ाया कि लुट किवें करनी है। तो लुट की घटना अंजाम देने वास्ते उसने दस्सिया कि उसके मालक घर आ चुके हैं, तो जो घर पहुँचते हैं तो नौजवान उसके घर के अंदर वड़ते हैं, घर के लुट करते हैं, 1.5 लाख की लुट की जाती है, मोबाइल फोन भी खो किया जाता है। तो उस तो बाद होंडा सिटी गड्डी फरार हो जाते, तो होंडा सिटी गड्डी भी पुलिस वालों रिकवर कर दी गई है। तो इस वड्डी कामयाबी जी है पुलिस को मिलती नज़र आई है। काश एवन्यू जो कि अमृतसर का एक बहुत ही रिहायशी है पौश इलाका मनिया जाता है, तो उस जरा है एक लुट की वारदात को अंजाम दिता गया सी, तो उस पुलिस ने दोषी काबू किए हैं। तो पुलिस का मानना है कि जो सरकारी टीचर से उसनु भी इस मामले गिरफ़्तार किया गया है। तो सरकारी टीचर जो कि ABCD का पाठ पढ़ाता है लेकिन इतने जुर्म का पाठ पढ़ाता नज़र आया, जिसनों की हूँ काबू किया गया है। कैमरामैन अर्श के साथ सुमित खन्ना, ग्रेट पंजाब TV, अमृतसर।